ਖੁਸਰੋਪੁਰ ਤੋਂ ਆਸ਼ਾ ਜੋ ਜਲੰਧਰ ਕੈਂਟ ਤੋਂ ਹੈ। ਹੱਥ ਖੜੇ ਦੋ ਹੀ ਖੜੇ ਹੱਥ ਖੜੇ ਕਰਦੇ ਹੋ ਕਿਉਂਕਿ ਬਾਕੀ ਤੁਹਾਡੇ ਲਾਗੇ ਕਾਫੀ ਜੀਵ ਖੜੇ ਹੈ। ਸੋ ਸਾਹਮਣੇ ਜੀਵ ਖੜੇ ਹੈ ਵਾਈਟ ਸੂਟ ਦੇ ਵਿੱਚ, ਇਹ ਬੇਨਤੀ ਲਿਖਦੇ ਹੈ ਜੈ ਮਾਲਕਾਂ ਦੀ, ਜੈ ਮਾਲਕਾਂ ਦੀ, ਜੈ ਮਾਲਕਾਂ ਦੀ। ਮਾਲਕ ਜੀ, ਮੈਂ ਆਸ਼ਾ ਖੁਸਰੋਪੁਰ ਜਲੰਧਰ ਕੈਂਟ ਤੋਂ ਹਾਂ। ਮਾਲਕ ਜੀ, ਮੇਰਾ ਬੇਟਾ 2022 ਵਿੱਚ UK ਗਿਆ ਸੀ। ਮਾਲਕ ਜੀ, 2023 ਵਿੱਚ ਉਸਦਾ ਵੀਜ਼ਾ ਕੈਂਸਲ ਕਰ ਦਿੱਤਾ ਗਿਆ ਗਵਰਨਮੈਂਟ ਵੱਲੋਂ। ਉਸਦੀ ਇੰਡੀਆ ਦੀ ਟਿਕਟ ਵੀ ਹੋ ਗਈ ਸੀ, ਉਸਨੂੰ ਪੂਰੀ ਤਰ੍ਹਾਂ ਡਿਪੋਰਟ ਕਰ ਦਿੱਤਾ ਸੀ। ਮਾਲਕ ਜੀ, ਆਪ ਜੀ ਦਾ ਸਤਸੰਗ ਪਿੰਡ ਖੁਸਰੋਪੁਰ ਵਿੱਚ ਸੀ ਅਤੇ ਮੈਂ ਉੱਥੇ ਫਰਿਆਦ ਕੀਤੀ। ਆਪ ਜੀ ਨੇ ਕਿਹਾ ਕਿ ਫਿਕਰ ਨਾ ਕਰੋ, 5 ਚੌਂਕੀਆਂ ਭਰਨੀਆਂ, ਪਰ ਮੈਂ ਮਾਲਕ ਜੀ 1 ਸਾਲ ਤੋਂ ਹਰ ਵੀਰਵਾਰ ਆ ਰਹੀ ਹਾਂ। ਮਾਲਕ ਜੀ, ਮੈਂ ਨਿਆਜ ਦਿੱਤੀ। ਮਾਲਕ ਜੀ, ਆਪ ਜੀ ਘਰ ਆਏ ਅਤੇ ਆਪ ਨੇ ਚਰਨ ਪਾਏ ਅਤੇ ਮੈਂ ਸਾਰਾ ਕੁਝ ਆਪ ਜੀ ਨੂੰ ਦੱਸਿਆ। ਆਪ ਜੀ ਨੇ ਕਿਹਾ ਫਿਕਰ ਨਾ ਕਰੋ, ਅਸੀਂ ਤੁਹਾਡੇ ਨਾਲ ਹਾਂ, ਉਸਦਾ ਵੀਜ਼ਾ ਦੁਬਾਰਾ ਲੱਗ ਜਾਣਾ ਹੈ। ਮਾਲਕ ਜੀ, ਆਪ ਜੀ ਨੇ ਬਹੁਤ ਬਹੁਤ ਜ਼ਿਆਦਾ ਰਹਿਮਤ ਕੀਤੀ ਅਤੇ ਉਸਦਾ ਵੀਜ਼ਾ ਦੁਬਾਰਾ ਲੱਗ ਗਿਆ, UK ਦਾ ਲਾਇਸੈਂਸ ਵੀ ਬਣ ਗਿਆ। ਮਾਲਕ ਜੀ, ਇੰਨੀ ਰਹਿਮਤ ਕਿ ਹੁਣ ਉਸਨੇ ਗੱਡੀ ਵੀ ਲੈ ਲਈ। ਮਾਲਕ ਜੀ, ਵਕੀਲਾਂ ਨੇ ਵੀ ਜਵਾਬ ਦੇ ਦਿੱਤਾ ਸੀ ਕਿ ਕੁਝ ਨਹੀਂ ਹੋ ਸਕਦਾ, ਇਸਨੇ ਇੰਡੀਆ ਚਲੇ ਜਾਣਾ ਹੈ। ਪਰ ਮਾਲਕ ਜੀ, ਜਦੋਂ ਮੈਂ ਤੁਹਾਡੇ ਅੱਗੇ ਫਰਿਆਦ ਕੀਤੀ ਤਾਂ ਤੁਹਾਡੀ ਰਹਿਮਤ ਨਾਲ ਰਸਤੇ ਖੁੱਲ੍ਹਦੇ ਚਲੇ ਗਏ ਤਾਂ ਅੱਜ ਮੇਰਾ ਬੱਚਾ ਬਹੁਤ ਖੁਸ਼ ਹੈ। ਸੋ ਮੈਨੂੰ ਪੂਰਾ ਵਿਸ਼ਵਾਸ ਸੀ ਕਿ ਮਾਲਕ ਰਹਿਮਤ ਕਰਨਗੇ ਤਾਂ ਤੁਸੀਂ ਬਹੁਤ ਰਹਿਮਤ ਕੀਤੀ। ਆਪ ਜੀ ਦੀ ਰਹਿਮਤ ਨਾਲ ਸਭ ਕੁਝ ਬਹੁਤ ਵਧੀਆ ਹੋਇਆ। ਸੋ ਮਾਲਕ ਜੀ, ਬਹੁਤ ਬਹੁਤ ਸ਼ੁਕਰੀਆ। ਮਾਲਕ ਜੀ, ਆਪ ਜੀ ਦੀ ਰਹਿਮਤ ਨਾਲ ਹੀ ਬੇਟੀ ਵੀ UK ਚਲੀ ਗਈ ਹੈ। ਮਾਲਕ ਜੀ, ਬੱਚਿਆਂ ਉੱਪਰ ਬਹੁਤ ਰਹਿਮਤ ਹੋਈ ਹੈ। ਮਾਲਕ ਜੀ, ਇਸ ਤਰ੍ਹਾਂ ਸਭ 'ਤੇ ਰਹਿਮਤ ਬਣਾਈ ਰੱਖਣਾ। ਮਾਲਕ ਜੀ, ਬੱਚਿਆਂ ਨੇ ਪਿਛਲੀ ਵਾਰ ਵੀ UK ਸਤਸੰਗ ਸੁਣਿਆ ਸੀ ਅਤੇ ਇਸ ਵਾਰ ਵੀ UK ਤੁਹਾਡਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਸੋ ਮਾਲਕ ਜੀ, ਬਹੁਤ ਬਹੁਤ ਸ਼ੁਕਰੀਆ। ਅਸੀਂ ਤੁਹਾਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹਾਂ। ਜੈ ਮਾਲਕਾਂ ਦੀ। ਚਲੋ ਮਾਲਕ, ਇਹਦੇ ਰਹਿਮਤ ਰੱਖਣ। ਦੱਸਦੇ ਆ ਕਿ ਬੇਟੇ ਨੂੰ ਡਿਪੋਰਟ ਕਰ ਦਿੱਤਾ ਸੀ, ਟਿਕਟ ਵੀ ਦੇ ਦਿੱਤੀ ਸੀ, ਫਿਰ ਜਦੋਂ ਸਾਡਾ ਸਤਸੰਗ ਸੀ, ਯਾਦ ਹੈ ਸਾਨੂੰ ਖੁਸਰੋਪੁਰਨ ਨੇ ਬੇਨਤੀ ਕੀਤੀ ਸੀ ਕਿ ਮਾਲਕੋ, ਅਸੀਂ ਦਰਬਾਰ 'ਤੇ ਆ ਰਹੇ ਹਾਂ, ਆਹ ਪ੍ਰੋਬਲਮ ਆ ਗਈ ਹੈ। ਤਾਂ ਸਾਨੂੰ ਬਹੁਤ ਖੁਸ਼ੀ ਹੈ ਕਿ ਜਦ ਵੀ ਇਨਸਾਨ ਵਿਸ਼ਵਾਸ ਨਾਲ ਫਰਿਆਦ ਕਰਦਾ ਹੈ, ਪ੍ਰੇਮ ਨਾਲ ਫਰਿਆਦ ਕਰਦਾ ਹੈ, ਤਾਂ ਮਾਲਕ ਦੀ ਰਹਿਮਤ ਨਾਲ ਝੋਲੀਆਂ ਵੀ ਜ਼ਰੂਰ ਭਰਦੀਆਂ ਹੈ। ਸੋ ਤੁਸੀਂ ਵੀ ਆਇਓ, ਜੇ ਪ੍ਰੇਮ ਨਾਲ ਆਇਓ, ਵਿਸ਼ਵਾਸ ਨਾਲ ਆਇਓ, ਤਾਂ ਸੋਚੋ ਮੇਰੀਆਂ ਝੋਲੀਆਂ ਖੁਸ਼ੀਆਂ ਨਾਲ, ਮੇਰੀਆਂ ਝੋਲੀਆਂ ਰਹਿਮਤਾਂ ਨਾਲ, ਮੇਰੀ ਹਰ ਮੁਸ਼ਕਿਲ ਦਾ ਹੱਲ। ਮੈਂ ਬਹੁਤ ਬਸ ਇਹ ਭਾਵਨਾ ਲੈ ਕੇ ਬੈਠਣਾ, ਤੁਹਾਡੇ ਅੰਦਰੋਂ ਇਹ ਨਾ ਐਨਰਜੀ ਆਉਣੀ ਚਾਹੀਦੀ ਹੈ। ਮੈਂ ਬਹੁਤ ਖੁਸ਼ ਹਾਂ।